ਇਹਨਾਂ ਨੌਜਵਾਨਾਂ ਵੱਲੋਂ ਇੱਕ ਅਨੋਖੀ ਪਹਿਲਕਦਮੀ ਕੀਤੀ ਜਾ ਰਹੀ ਹੈ ਜੋ ਅਵਾਰਾ ਤੇ ਜ਼ਖਮੀ ਕੁੱਤਿਆਂ ਦਾ ਸਹਾਰਾ ਬਣੇ ਨੇ ਤੇ ਕੁੱਤਿਆਂ ਦੇ ਅਨਾਥ ਬੱਚਿਆਂ ਦੀ ਦੇਖਭਾਲ ਕਰਦੇ ਨੇ। ਇਹਨਾਂ ਵੱਲੋਂ ਸਰਫ ਸੇਵਾ ਸੰਸਥਾ ਚਲਾਈ ਜਾ ਰਹੀ ਹੈ ਜੋ ਪਹਿਲਾਂ ਇਹਨਾਂ ਵੱਲੋਂ ਬਹੁਤ ਛੋਟੇ ਪੱਧਰ ਤੇ ਸ਼ੁਰੂ ਕੀਤੀ ਗਈ ਸੀ। ਇਹ ਸੇਵਾ ਇਹਨਾਂ ਵਿਅਕਤੀਆਂ ਵੱਲੋਂ ਸਮਰਾਲਾ ਵਿਖੇ ਨਿਭਾਈ ਜਾ ਰਹੀ ਹੈ। ਇਹਨਾਂ ਦੀ ਸੰਸਥਾ ਦੇ ਵਿੱਚ ਉਹਨਾਂ ਬੇਜ਼ੁਬਾਨ ਬੱਚਿਆਂ ਦੀ ਸੇਵਾ ਕੀਤੀ ਜਾਂਦੀ ਹੈ ਜੋ ਅਨਾਥ ਹੋ ਚੁੱਕੇ ਨੇ। ਕਈ ਕੁੱਤੇ ਬਿਮਾਰ ਚੱਲ ਰਹੇ ਹੁੰਦੇ ਨੇ ਜਾਂ ਫਿਰ ਉਹਨਾਂ ਦੇ ਸੱਟ ਲੱਗ ਜਾਂਦੀ ਹੈ, ਉਹਨਾਂ ਦਾ ਇਲਾਜ ਕੀਤਾ ਜਾਂਦਾ ਹੈ, ਜਾਂ ਕਈ ਸੜਕਾਂ ਤੇ ਗੱਡੀਆਂ ਥੱਲੇ ਆ ਕੇ ਮਰ ਜਾਂਦੇ ਨੇ, ਉਹਨਾਂ ਦਾ ਸੰਸਕਾਰ ਕੀਤਾ ਜਾਂਦਾ ਹੈ। ਇਸ ਵੇਲੇ ਇਹਨਾਂ ਦੀ ਸੰਸਥਾ 'ਚ 60 ਤੋਂ 70 ਕੁੱਤਿਆਂ ਦਾ ਇਲਾਜ ਚੱਲ ਰਿਹਾ ਹੈ। ਇਸ ਤੋਂ ਇਲਾਵਾ ਐਨੀਮਲ ਬਰਥ ਕੰਟਰੋਲ ਤੇ ਵੀ ਕੰਮ ਕੀਤਾ ਜਾ ਰਿਹਾ ਤੇ ਵੈਕਸੀਨੇਸ਼ਨ ਵੀ ਕੁੱਤਿਆਂ ਨੂੰ ਕੀਤੀ ਜਾ ਰਹੀ ਹੈ। ਇਸ ਸੰਸਥਾ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ 'ਚ ਹੋਰ ਵੀ ਉਪਰਾਲੇ ਕੀਤੇ ਜਾਣਗੇ ਤਾਂ ਜੋ ਇਹਨਾਂ ਬੇਜ਼ੁਬਾਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾ ਸਕੇ। ਇਸ ਤੋਂ ਇਲਾਵਾ ਇਸ ਸੰਸਥਾ ਦੇ ਪ੍ਰਬੰਧਕਾਂ ਨੇ ਹੋਰ ਕੀ ਕੁਝ ਕਿਹਾ, ਤੁਸੀਂ ਖੁਦ ਹੀ ਸੁਣੋ। ਸਰ, ਅਸੀਂ ਬਹੁਤ ਹੀ ਛੋਟੇ ਪੱਧਰ ਤੋਂ ਪਹਿਲਾਂ ਇਹ ਕੰਮ ਸ਼ੁਰੂ ਕੀਤਾ ਸੀਗਾ ਤੇ ਅੱਜ ਅਸੀਂ ਇੱਕ ਸੇਵਾ ਸੰਸਥਾ ਬਣਾ ਲਈ ਜਿਸਦਾ ਨਾਮ ਹੈਗਾ ਸਰਵ ਸੇਵਾ ਸੰਸਥਾ ਸਮਰਾਲੇ ਸ਼ਹਿਰ ਤੋਂ। ਤੇ ਅਸੀਂ ਇਹਨਾਂ ਬੇਜ਼ੁਬਾਨ ਬੱਚਿਆਂ ਦਾ ਦੀ ਦੇਖਭਾਲ ਕਰ ਰਹੇ ਹਾਂ ਹਲਦੀ ਘੜੀ, ਤੇ ਆਉਣ ਵਾਲੇ ਟਾਈਮ ਦੇ ਲਈ ਜੋ ਅਸੀਂ ਆਪਣੇ ਉਪਰਾਲੇ ਕਰ ਸਕਦੇ ਹਾਂ ਉਹਨਾਂ ਲਈ ਅਸੀਂ ਸੋਚ ਰਹੇ ਹਾਂ ਵੀ ਕਿਵੇਂ ਇਹਨਾਂ ਦੀ ਕੇਅਰ ਕੀਤੀ ਜਾ ਸਕੇ। ਸਰ, ਜਦੋਂ ਅਸੀਂ ਦੇਖਿਆ ਕਿ ਸੜਕਾਂ ਤੇ ਇਹ ਬੇਜ਼ੁਬਾਨ ਜਾਨਵਰ ਗੱਡੀਆਂ ਥੱਲੇ ਆ ਰਹੇ ਨੇ, ਮਰ ਰਹੇ ਨੇ, ਅਸੀਂ ਬਹੁਤ ਜਾਣਿਆਂ ਨੂੰ ਇੱਥੋਂ ਚੱਕ ਕੇ ਉਹਨਾਂ ਦਾ ਸੰਸਕਾਰ ਵੀ ਕੀਤਾ, ਤੇ ਸਾਨੂੰ ਹੌਲੀ ਹੌਲੀ ਮਹਿਸੂਸ ਹੋਇਆ ਕਿ ਸਾਡੇ ਸਾਰੇ ਸ਼ਹਿਰ ਦੀ ਉਹ ਸਮੱਸਿਆ ਏ ਜਿਸ ਦੇ ਬਾਰੇ ਕਿਸੇ ਨਾ ਕਿਸੇ ਨੂੰ ਅੱਗੇ ਆਉਣਾ ਪੈਣਾ ਵਾ, ਇਸ ਲਈ ਅਸੀਂ ਇਹ ਸੰਸਥਾ ਦਾ ਸੰਗਠਨ ਕੀਤਾ ਵਾ। ਕਿੰਨੇ ਟਾਈਮ ਤੋਂ ਕੁੱਤੇ ਦੀ ਕੇਅਰ ਕਰ ਰਹੇ ਹੋ? ਅਸੀਂ ਸਰ 1.5 ਸਾਲ ਲਗਭਗ ਹੋ ਚੁੱਕਿਆ ਸਾਨੂੰ ਇਹਨਾਂ ਦੀ ਕੇਅਰ ਕਰਦੇ ਹੋ। ਕਿੰਨੇ ਕੁੱਤੇ ਦੀ ਸੇਵਾ ਕਰ ਚੁੱਕੇ ਹੋ? ਸਰ, ਸਾਡੇ ਕੋਲ ਲਗਭਗ 70-80 ਡੌਗ ਨੇ ਜੋ ਅਸੀਂ ਇਸ ਸਮੇਂ ਰੱਖੇ ਹੋਏ ਨੇ। ਇਸ ਤੋਂ ਪਹਿਲਾਂ ਕਿੰਨੇ ਦੀ ਸੇਵਾ ਕਰ ਚੁੱਕੇ ਹੋ? 100 ਤੋਂ ਉੱਪਰ ਡੌਗ ਹੋਣਗੇ ਸਰ ਜੋ ਅਸੀਂ ਕੇਅਰ ਕੀਤੀ ਹੈ ਜਿਨ੍ਹਾਂ ਦੀ, ਤੇ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਉੱਥੇ ਹੀ ਛੱਡਤਾ ਜਿੱਥੋਂ ਅਸੀਂ ਉਹਨਾਂ ਨੂੰ ਲੈ ਕੇ ਆਉਂਦੇ ਸੀਗੇ। ਤੇ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਜਿਹੜੀ ਰੈਸਕਿਊ ਡੌਗ ਪ੍ਰਤੀ? ਅਸੀਂ ਤਾਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਜੀ, ਦੇਖੋ ਆਪਣੇ ਪਰਿਵਾਰਾਂ ਲਈ ਹਰ ਕੋਈ ਬੰਦਾ ਕਰਦਾ, ਸਭ ਤੋਂ ਵਧੀਆ ਨਾ ਬੇਜ਼ੁਬਾਨਾਂ ਲਈ ਵੀ 2 ਰੋਟੀਆਂ ਅਗਰ ਉਹ ਇਹਨਾਂ ਨੂੰ ਪਾ ਸਕਣ ਤਾਂ ਇਹਨਾਂ ਦੀ ਜ਼ਿੰਦਗੀ ਵੀ ਵਧੀਆ ਹੋ ਸਕਦੀ। ਅਸੀਂ ਇੱਕ ਇਹ ਵੀ ਦੇਖਿਆ ਛੋਟੇ ਬੇਬੀ ਜਿਹੜੇ 2-4 ਦਿਨਾਂ ਦੇ ਬੱਚੇ ਨੇ, ਉਹਨਾਂ ਦੀ ਦੇਖਭਾਲ ਕਿਵੇਂ ਕਰਦੇ? ਸਰ, ਬੜੀ ਮੁਸ਼ਕਿਲ ਹੋ ਜਾਂਦੀ ਹੈ, ਦੇਖੋ ਕਈ ਐਕਸੀਡੈਂਟ ਦੇ ਵਿੱਚ ਮਾਵਾਂ ਮਰ ਜਾਂਦੀਆਂ ਬੱਚਿਆਂ ਦੀਆਂ ਇਹਨਾਂ ਦੀਆਂ, ਤਾਂ ਅਸੀਂ ਉਹਨਾਂ ਨੂੰ ਲੈ ਕੇ ਆਉਂਦੇ ਹਾਂ ਆਪਣੇ ਸ਼ੈਲਟਰ ਦੇ ਵਿੱਚ, ਤੇ ਉੱਥੇ ਉਹਨਾਂ ਦੀ ਸੰਭਾਲ ਲਈ ਸਾਡੇ ਕੋਲ ਹਾਲ ਦੀ ਘੜੀ ਕੋਈ ਬਹੁਤਾ ਚੰਗਾ ਉਪਰਾਲਾ ਤਾਂ ਨਹੀਂ, ਪਰ ਜਿੰਨਾ ਕੁ ਅਸੀਂ ਕਰ ਸਕਦੇ ਹਾਂ ਅਸੀਂ ਉਹ ਕਰਦੇ ਹਾਂ। ਹਾਲ ਦੀ ਘੜੀ ਦੇਖੋ ਅਸੀਂ ਉਹਨਾਂ ਨੂੰ ਹੁਣ ਸ਼ੀਸ਼ੀਆਂ ਦੇ ਰਾਹੀਂ ਦੁੱਧ ਪਿਲਾ ਰਹੇ ਹਾਂ, ਹੋਰ ਸਾਡੇ ਕੋਲ ਡੌਗ ਫੀਮੇਲ ਨੇ ਉਹ ਐਕਸੈਪਟ ਕਰ ਲੈਣ, ਉਹਨਾਂ ਨੂੰ ਤਾਂ ਸਾਨੂੰ ਬਹੁਤ ਵਧੀਆ ਹੋ ਜਾਂਦਾ ਵਾ, ਦੁੱਧ ਵਗੈਰਾ ਉਹ ਪਿਲਾ ਦਿੰਦੀਆਂ ਨੇ ਜੀ, ਨਹੀਂ ਤਾਂ ਸਾਨੂੰ ਛੋਟੇ ਬੱਚਿਆਂ ਲਈ ਥੋੜ੍ਹੀ ਜਿਹੀ ਦਿੱਕਤ ਹੋ ਰਹੀ ਆ ਜੀ। ਜਦੋਂ ਤੁਸੀਂ ਲੰਬੇ ਸਮੇਂ ਤੱਕ ਦੇਖਭਾਲ ਕਰਦੇ ਤਾਂ ਆਪਣਾਪਨ ਪੈਦਾ ਹੋ ਜਾਂਦਾ ਪਿੱਛੇ? ਬਿਲਕੁਲ ਜੀ, ਬਿਲਕੁਲ ਜੀ। ਨਹੀਂ ਸਰ, ਦੇਖੋ ਅਸੀਂ ਅਗਰ ਇਹਨਾਂ ਨੂੰ ਬਹੁਤਾ ਆਪਣੇ ਨਾਲ ਉਹ ਕਰਾਂਗੇ ਤਾਂ ਅਸੀਂ ਸਾਡੇ ਕੋਲ ਬਹੁਤ ਤਾਦਾਦ ਵੱਧ ਜਾਏਗੀ ਇਹਨਾਂ ਦੀ, ਠੀਕ ਹੈ ਨਾ। ਅਸੀਂ ਚਾਹੁੰਦੇ ਹਾਂ ਕਿ ਜਦੋਂ ਇਹ ਵੱਡੇ ਹੋ ਜਾਣ ਤਾਂ ਆਪਣੀ ਜ਼ਿੰਦਗੀ ਸਰਵਾਈਵ ਖੁਦ ਕਰਨ। ਦੇਖਿਆ ਤਾਂ ਆਮ ਤੌਰ ਤੇ ਲੋਕ ਘਰਾਂ ਵਿੱਚ ਵਧੀਆ ਨਸਲ ਦੇ ਕੁੱਤੇ ਰੱਖਦੇ ਨੇ, ਜਿਹੜੇ ਸਟਰੀਟ ਡੌਗ ਨੇ ਇਹ ਵੀ ਵਫਾਦਾਰ ਹੁੰਦੇ ਨੇ, ਬਿਲਕੁਲ ਇਹਨਾਂ ਨੂੰ ਰੱਖਣ ਵਾਸਤੇ ਵੀ ਪ੍ਰੇਰਿਤ ਕਰਦੇ ਲੋਕਾਂ ਨੂੰ। ਬਿਲਕੁਲ ਸਰ, ਬਿਲਕੁਲ ਅਸੀਂ ਚਾਹੁੰਦੇ ਹਾਂ ਕਿ ਆਮ ਜਿਹੜੇ ਲੋਕ ਨੇ ਡੌਗ ਰੱਖਣਾ ਚਾਹੁੰਦੇ ਨੇ ਉਹ ਸਟਰੀਟ ਡੌਗ ਨੂੰ ਅਹਿਮੀਅਤ ਦੇਣ, ਕਿਉਂਕਿ ਸਟਰੀਟ ਡੌਗ ਆਮ ਡੌਗਸ ਨਾਲੋਂ ਜ਼ਿਆਦਾ ਵਫਾਦਾਰ ਨੇ ਤੇ ਸਾਡੇ ਵਾਤਾਵਰਨ ਦੇ ਵਿੱਚ ਘੁਲ ਮਿਲ ਬਹੁਤ ਜਲਦੀ ਜਾਂਦੇ ਨੇ, ਇਹਨਾਂ ਨੂੰ ਕੋਈ ਬਿਮਾਰੀ ਨਹੀਂ ਲੱਗਦੀ ਜਲਦੀ। ਜੇ ਕੋਈ ਤੁਹਾਡੇ ਕੁੱਤਾ ਲੈਣਾ ਚਾਹੁੰਦਾ ਤਾਂ ਉਹਦੇ ਲਈ ਤੁਸੀਂ ਕੀ ਫਾਰਮੈਲਿਟੀ ਰੱਖਦੇ? ਸਰ, ਹਾਲ ਦੀ ਘੜੀ ਅਸੀਂ ਵੈਲਕਮ ਕਹਿੰਦੇ ਹਾਂ ਉਹਨਾਂ ਨੂੰ ਜੋ ਇਹ ਸਟਰੀਟ ਡੌਗ ਨੂੰ ਸਾਡੇ ਕੋਲੋਂ ਲੈਣਾ ਚਾਹੁੰਦੇ ਨੇ, ਠੀਕ ਹੈ ਨਾ ਜੀ। ਜਿਹੜੇ ਤੁਹਾਡੇ ਨਾਲ ਜੁੜਨਾ ਚਾਹੁੰਦੇ ਨੇ ਇਹਦੀ ਸੰਸਥਾ ਦੇ ਨਾਲ, ਤਾਂ ਕਿਸ ਤਰ੍ਹਾਂ ਜੁੜ ਸਕਦੇ ਹੋ? ਸਰ, ਸਾਡੇ ਨਾਲ ਮਿਲ ਸਕਦੇ ਆ, ਸਾਡੇ ਪ੍ਰਧਾਨ ਹੈ ਜਗਦੀਪ ਸ਼ਰਮਾ ਜੀ,
ਉਹਨਾਂ ਨਾਲ ਕੰਟੈਕਟ ਕੀਤਾ ਜਾ ਸਕਦਾ ਵਾ। ਸਾਡੇ ਵਲੰਟੀਅਰ ਨੇ ਸ਼ਹਿਰ ਦੇ ਵਿੱਚ ਸਰਗਰਮ ਨੇ। ਕੋਈ ਐਨਜੀਓ ਦਾ ਨੰਬਰ ਵੀ ਕੀਤਾ ਸਰ? ਅਸੀਂ ਆਪਣੀ ਐਨਜੀਓ ਨੂੰ ਰਜਿਸਟਰ ਕਰਾਉਣਾ ਚਾਹ ਰਹੇ ਹਾਂ ਜੀ, ਉਸ ਤੋਂ ਬਾਅਦ ਸਾਰੇ ਨੰਬਰ ਸ਼ੋਅ ਕਰ ਦੇਵਾਂਗੇ। ਤਕਰੀਬਨ ਡੇਢ ਸਾਲ ਹੋ ਗਿਆ ਜਦੋਂ ਇੱਕ ਬੱਚੇ ਦਾ ਮਤਲਬ ਸਾਡੀ ਸ਼ੋਪ ਉਹਦੇ ਵਿੱਚ ਮੂਹਰੇ ਬਾਹਰ ਸੀ, ਬਿਮਾਰ ਸੀ ਉਹ, ਉਹਦੇ ਧਿਆਨ ਕਰਦੇ ਕਰਦੇ ਹੋਏ ਉਹਦੇ ਨਾਲ ਪਿਆਰ ਪੈ ਗਿਆ, ਉਹਨੂੰ ਦਵਾਈ ਦਵੂਈ ਸ਼ੁਰੂ ਕਰਤੀ। ਉਸ ਤੋਂ ਬਾਅਦ 2 ਹੋ ਗਏ, 4 ਹੋ ਗਏ, ਇਸ ਟਾਈਮ 60-65 ਬੱਚੇ ਨੇ ਜਿਨ੍ਹਾਂ ਨਾਲ ਪਿਆਰ ਪੈ ਗਿਆ। ਕਿਸ ਤਰ੍ਹਾਂ ਦਾ ਇਲਾਜ ਕਰਦੇ ਹੋ, ਕਿਸ ਤਰ੍ਹਾਂ ਦੇ ਕੁੱਤੇ ਤੁਹਾਡੇ ਕੋਲ ਜ਼ਿਆਦਾਤਰ ਆਉਂਦੇ ਨੇ? ਜ਼ਿਆਦਾਤਰ ਸਟ੍ਰੀਟ ਡੌਗ ਨੇ। ਜੇ ਕਿਸੇ ਦੇ ਕੋਈ ਮਤਲਬ ਬਿਮਾਰ ਠਮਾਰ ਹੁੰਦਾ, ਕਿਸੇ ਲੱਤ ਟੁੱਟੀ ਹੁੰਦੀ ਆ, ਤਾਂ ਕੋਈ ਵੀ ਆ ਕਿਤੇ ਵੀ ਸਾਨੂੰ ਕੋਈ ਦੱਸ ਦਿੰਦੇ ਨੇ ਵੀ ਆਹ ਬਿਮਾਰ ਆ ਜਾਂ ਇਹਦੀ ਮਾਂ ਨਹੀਂ ਹੈ, ਛੋਟੇ ਛੋਟੇ ਜਿਹੇ ਬੱਚੇ ਨੇ, ਉਹਨਾਂ ਨੂੰ ਅਸੀਂ ਸ਼ੈਲਟਰ ਆਪਣੇ ਲਾਉਂਦੇ ਹਾਂ। ਇੱਕ ਜਗ੍ਹਾ ਹੀ ਕਿਉਂ? ਇੱਕ ਜਗ੍ਹਾ ਸਾਡੇ ਕੋਲ ਹੈ ਨਹੀਂ, ਜਗ੍ਹਾ ਪ੍ਰੋਪਰ ਨਹੀਂ ਹੈ। ਹੁਣ ਅਸੀਂ ਮਿਊਂਸਪਲ ਕਮੇਟੀ ਨੂੰ ਕਿਹਾ ਕਿ ਉਹਨਾਂ ਨੂੰ ਐਪਲੀਕੇਸ਼ਨ ਵੀ ਉਹ ਸਾਹਿਬ ਦਿੱਤੀ ਆ ਕਿ ਸਾਨੂੰ ਜਗ੍ਹਾ ਪ੍ਰੋਵਾਈਡ ਕੀਤੀ ਜਾਵੇ ਜਿੱਥੇ ਸਾਰੇ ਇਹ ਇੱਕ ਰਜਿਸਟ ਹੋ ਸਕਣ। ਹੁਣ ਇਸ ਟਾਈਮ ਕਿੰਨੇ ਕੁੱਤੇ ਹੋਣਗੇ? ਹੈਗੇ 64 ਨੇ। ਇਹ ਕੁੱਤਿਆਂ ਨੂੰ ਖਰਚਾ ਵੀ ਹੁੰਦਾ ਹੈ ਇਹਨਾਂ ਦੀ ਫੀਡ ਨੂੰ ਲੈ ਕੇ, ਤਾਂ ਇਹਨੂੰ ਕਿਸ ਤਰ੍ਹਾਂ ਮੈਨੇਜ ਕਰਦੇ ਹੋ? ਹਜੇ ਤੱਕ ਤਾਂ ਅਸੀਂ ਆਪਣੇ ਪਰਸਨਲ ਤੌਰ ਤੇ ਖਰਚਾ ਕਰ ਰਹੇ ਹਾਂ। ਠੀਕ ਹੈ, ਤਕਰੀਬਨ ਰੋਜ਼ ਦਾ 2-2.5 ਹਜ਼ਾਰ ਰੁਪਏ ਨੀਅਰ ਅਬਾਊਟ ਹੁੰਦਾ। ਸੰਸਥਾ ਦੇ ਮੈਂਬਰ ਹੈਗੇ 48-49 ਹੈਗੇ ਨੇ, ਉਹਦੇ ਵਿੱਚ ਹੁਣ ਸੰਸਥਾ ਸਾਡੀ 4-5 ਦਿਨ ਹੋ ਗਏ ਬਣੀ ਨੂੰ, ਉਹਦੇ ਵਿੱਚ ਜਿਹੜੇ 10 ਕੁ ਬੰਦੇ ਸਾਡੇ ਸਪੌਂਸਰ ਹੁਣ ਦੇਖਦੇ ਹਾਂ ਵੀ ਕਿਵੇਂ ਕਿਵੇਂ ਕਰਦੇ ਹਾਂ। ਕਈ ਜਣੇ ਕੁੱਤਿਆਂ ਦਾ ਇਲਾਜ ਕਰਵਾਉਣ ਲਈ ਤੁਸੀਂ ਕਿੱਥੇ ਲੈ ਕੇ ਜਾਂਦੇ? ਕਈ ਵਾਰੀ ਖੰਨੀ ਲੈ ਜਾਂਦੇ ਹਾਂ, ਸਮੈਲੇ ਡਾਕਟਰ ਸ਼ੋਕ ਨਾਲ ਉਹਨਾਂ ਨੇ ਕਰਦੇ ਹਾਂ। ਲੁਧਿਆਣੇ ਜੀ ਜ਼ਿਆਦਾ ਕੋਈ ਸੀਰੀਅਸ ਹੁੰਦਾ ਫਿਰ ਤਾਂ ਆਪਰੇਸ਼ਨ ਕਰਾਉਣ ਦਾ ਲੁਧਿਆਣੇ ਲੈ ਕੇ ਆਉਣਾ ਬੰਦਾ ਯੂਨੀਵਰਸਿਟੀ 'ਚ। ਕਿਸ ਤਰ੍ਹਾਂ ਲੈ ਕੇ ਜਾਂਦੇ? ਗੱਡੀ 'ਚ, ਕਾਰ 'ਚ? ਨਹੀਂ, ਕਈ ਵਾਰੀ ਕੀ ਹੁੰਦਾ ਟੈਕਸੀ ਕਰ ਲੈਂਦੇ ਹਾਂ, ਉਹਦਾ ਫਿਰ ਖਰਚਾ ਆਪਣੇ ਪੱਲਿਓਂ ਕਰਦੇ ਹਾਂ, ਜੋ ਫੀਸ ਵੀ ਹੁੰਦੀ ਡਾਕਟਰਾਂ ਦੀ ਜਾਂ ਉੱਥੇ ਦਵਾਈਆਂ ਦੀ। ਡਾਕਟਰ ਅਸ਼ੋਕ ਸ਼ਰਮਾ ਉਹਨਾਂ ਨੂੰ ਅਸੀਂ ਹੁਣ ਨਾਲ ਸਾਡੇ ਮਤਲਬ ਸਾਰੇ ਚੀਫ ਹੋਈ ਨੇ, ਹੁਣ ਚੇਅਰਮੈਨ ਉਹ ਨਹੀਂ ਸਾਡੇ ਸੰਸਥਾ ਦੇ, ਉਹਨਾਂ ਨੂੰ ਨਾਲ ਰਜਿਸਟਰ ਕਰਾਵਾਂਗੇ ਨਾਲ ਦੇਖਣ। ਜਿਵੇਂ ਕਿ ਤੁਸੀਂ ਦੱਸਿਆ ਵੀ 2000 ਦਾ ਖਰਚਾ ਆ ਜਾਂਦਾ ਵਾ, 2025 ਤੁਸੀਂ ਹੁਣ ਗਾਂ ਅੱਗੇ ਕਿਤੇ ਵੱਧ ਵੀ ਰਹੇ ਨੇ ਜਾਨ ਰਹੇ ਆ, ਤਾਂ ਉਹਨਾਂ ਦੇ ਖਰਚੇ ਨੂੰ ਮੈਨੇਜ ਕਰਨ ਲਈ ਕੀ ਕਹਿਣਾ ਚਾਹੁੰਦੇ ਲੋਕ? ਮੈਂ ਤਾਂ ਇਹੀ ਕਹਿਣਾ ਚਾਹੁੰਦਾ ਸਾਨੂੰ ਕੋਈ ਮਤਲਬ ਪੈਸੇ ਦੀ ਲੋੜ ਨਹੀਂ ਹੈ, ਮੇਨ ਮਕਸਦ ਇਹ ਹੈ ਸਾਡਾ ਕਿ ਜਿਹੜਾ ਰੋਟੀ ਆ, ਜੇ ਕੋਈ ਦਾ ਦੁੱਧ ਆ ਕੋਈ ਜਿਹੜੀ ਫਰੈਸ਼ ਰੋਟੀ ਹੁੰਦੀ ਉਹ ਦੇ ਸਕਣ ਲੋਕ। ਠੀਕ ਹੈ, ਸਾਡਾ ਇੱਕ ਰਿਕਸ਼ਾ ਚੱਲਿਆ ਕਰੋ, ਅਸੀਂ 5-7 ਦਿਨ 'ਚ ਰਿਕਸ਼ਾ ਸ਼ੁਰੂ ਕਰਨਾ ਸਮਰਾਲੇ 'ਚ, 13 ਵਾਰਡ ਨੇ ਸਮਰਾਲੇ ਦੇ, ਹਰ ਮੁਹੱਲੇ 'ਚ ਉਹ ਗੇੜਾ ਕੱਢਿਆ ਕਰੂਗਾ। ਜਿਵੇਂ ਕਿ ਉਹ ਇੱਕ ਘਰ 'ਚ ਆਪਾਂ ਰੋਟੀ, ਲੇਡੀਜ਼ ਰੋਟੀ ਬਣਾਉਂਦੀ ਹੈ, ਸਵੇਰੇ ਇੱਕ ਰੋਟੀ ਕੱਢ ਲਿਆ ਕਰਨ, ਥੋੜ੍ਹੇ ਜਿਹੇ ਜੋ ਦੁੱਧ ਆ ਜੋ ਉਹਨਾਂ ਦੀ ਸ਼ਰਧਾ ਅਨੁਸਾਰ ਉਹ ਉਹਦੇ ਵਿੱਚ ਉਹ ਰਿਕਸ਼ੇ ਵਾਲੇ ਨੂੰ ਦੇ ਦਿਆ ਕਰਨਗੇ। ਜਿਵੇਂ ਗਊਸ਼ਾਲਾ ਵਾਲੇ ਆਉਂਦੇ ਨੇ, ਉਹਦੇ ਵਿੱਚ ਸਾਡੇ ਲਿਖਿਆ ਕਰੂਗੇ ਸਮਰਾਲੇ ਦੀ ਸੁਸਾਇਟੀ, ਜੋ ਸਾਡਾ ਸੁਸਾਇਟੀ ਦਾ ਨਾਮ ਆ, ਉਹਨੂੰ ਦੇਣ ਉਹ ਜਿਹੜੇ, ਤਾਂ ਕਿ ਇਹ ਬੱਚਿਆਂ ਨੂੰ ਫਰੈਸ਼ ਰੋਟੀ ਪਾ ਸਕੀਏ ਜਾਂ ਦੁੱਧ ਪਾ ਸਕੀਏ। ਜਿਹੜੇ ਲੋਕ ਦਾਨ ਕਰਨਾ ਚਾਹੁੰਦੇ ਹੋ ਥੋੜ੍ਹਾ ਜਿਹਾ ਕਿਸ ਤਰ੍ਹਾਂ ਜੁੜਨ, ਜੇ ਤੁਹਾਡਾ ਕੋਈ ਨੰਬਰ ਕੋਈ ਐਡਰੈਸ ਵਗੈਰਾ? ਨੰਬਰ ਹਜੇ ਸਾਡਾ ਜਿਹੜਾ ਸੰਸਥਾ ਹਜੇ ਤੱਕ ਤਾਂ ਮੇਰੇ ਨੰਬਰ ਆਪਣੇ ਹੀ ਆ, 99150-99590। ਠੀਕ ਹੈ, ਇੱਕ ਗੋਨੇ ਜੀ ਦਾ ਨੰਬਰ ਆ, ਇਹਨਾਂ ਨੰਬਰ 98031-84036। ਹਾਂਜੀ, ਹੋਰ ਕਿੰਨੇ ਕੁ ਮੈਂਬਰ ਆਪਣੇ ਸੰਸਥਾ ਕੋਲ ਨਾਲ ਲੱਗੇ ਨੇ? ਸੰਸਥਾ ਨੇ ਤਕਰੀਬਨ ਐਕਟਿਵ ਮੈਂਬਰ ਕਿੰਨੇ? ਐਕਟਿਵ ਮੈਂਬਰ ਹੈਗੇ 10-12 ਹੈ ਟੋਟਲ। ਕੀ ਕਹਿਣਾ ਤੁਸੀਂ ਸ਼ਹਿਰ ਵਾਸੀਆਂ ਨੂੰ ਥੋੜੇ ਦਾ? ਸ਼ਹਿਰ ਵਾਸੀਆਂ ਨੂੰ ਸਾਨੂੰ ਅਸੀਂ ਇਹੀ ਚਾਹੁੰਦੇ ਹਾਂ ਕਿ ਆਖਰਕਾਰ ਜਿੰਨੀ ਵੀ ਸਾਡੀ ਸਪੋਰਟ ਆ, ਇੱਕ ਜੋ ਤੁਸੀਂ ਕਰ ਸਕਦੇ ਹੋ ਆਪਣੀ ਸ਼ਰਧਾ ਅਨੁਸਾਰ, ਇਹ ਨਹੀਂ ਅਸੀਂ ਕਿਸੇ ਨੂੰ ਕਹਿੰਦੇ ਕਿ ਜੋ ਆ ਕੋਈ ਕਿਸੇ ਨੇ ਜੇ ਮੰਨ ਲਾ ਕੋਈ ਰੋਟੀ ਦੇਣੀ ਹੈ ਇਹਨਾਂ ਬੱਚਿਆਂ ਵਾਸਤੇ, ਆਪਣੇ ਹੱਥ ਨਾਲ ਦਾਨ ਕਰ ਦਿਆ ਕਰਨ। ਠੀਕ ਹੈ, ਦੁੱਧ ਆ ਉਹ ਦੇ ਦਿਆ ਕਰਨ, ਜੋ ਵੀ ਉਹਨਾਂ ਦੀ ਸ਼ਰਧਾ, ਜੋ ਮੈਡੀਕਲ ਫੈਸਿਲਿਟੀ ਆ ਮੰਨ ਲਾ ਦਵਾਈਆਂ ਦਵਾਈਆਂ, ਉਹ ਤਾਂ ਅਸੀਂ ਲੈ ਹੀ ਲੈਣੀ, ਚਲੋ ਵੀ ਆਲੇ ਦੁਆਲੇ ਕਰਕੇ ਤਕਰੀਬਨ ਰੋਜ਼ ਦੀ ਰੋਜ਼ ਕੋਈ ਨਾ 2-4 ਬਿਮਾਰ ਹੁੰਦੇ ਹੀ ਰਹਿੰਦੇ ਨੇ। ਠੀਕ ਹੈ, ਜਿੰਨੀ ਉਹਨਾਂ ਦੀ ਸ਼ਰਧਾ, ਜਿਵੇਂ ਘਰਾਂ 'ਚ ਰੱਖੇ ਹੁੰਦੇ ਨੇ ਕਿ ਲੋਕ ਉਹ ਦਸਰਾ ਦੇ ਕੁੱਤੇ ਛੱਡ ਦਿੰਦੇ ਨੇ, ਜਾਂ ਕੋਈ ਆਪਣਾ ਕੁੱਤਾ ਦੇਣਾ ਚਾਹੁੰਦਾ ਵਾ, ਕੀ ਤੁਸੀਂ ਉਹਨੂੰ ਸਾਂਭੋਗੇ? ਨਹੀਂ, ਦੇਖੋ ਜੇ ਮੰਨ ਲਓ ਜਿਵੇਂ ਸਾਡੇ ਕੋਲ 60 ਪੈਣ ਨੇ, ਹਜੇ ਤੱਕ ਸਾਡੇ ਕੋਲ ਜਗ੍ਹਾ ਤਾਂ ਹੈ ਨਹੀਂ, ਜਦ ਤੱਕ ਜਗ੍ਹਾ ਜਗ੍ਹਾ ਦਾ ਅਡਜਸਟ ਨਹੀਂ ਹੁੰਦਾ। ਅਸੀਂ ਇਕੱਲੇ ਸਿਰਫ ਡੌਗੀਸ ਨਹੀਂ ਹੈ ਵੀ ਉਹਨਾਂ ਨੂੰ ਹੀ ਅਸੀਂ ਰੱਖਣਾ ਵਾ, ਅਸੀਂ ਕਿ ਜਿਹੜੇ ਆਉਣ ਵਾਲਾ ਸਮਾਂ ਵਾ ਸਾਡਾ, ਜਿਹੜਾ ਜਦ ਸਾਡੇ ਕੋਲ ਜਗ੍ਹਾ ਹੋ ਗਈ, ਜਿਵੇਂ ਮੰਨ ਲਾ ਗਊਆਂ ਨੇ ਸੜਕਾਂ 'ਤੇ ਫੇਰੀਆਂ ਨੇ, ਜ਼ਖਮੀ ਨੇ,
ਕੀ ਕਰਦੇ ਨੇ ਕਈ ਸੰਸਥਾਵਾਂ ਆਪਣਾ ਜਿਹੜੇ ਦੁੱਧ ਦਿੰਦੀ ਉਹ ਰੱਖਦੇ ਨੇ, ਦੂਸਰੇ ਨੂੰ ਬਾਹਰ ਕਹਿ ਦਿੰਦੇ ਜੀ ਨਹੀਂ ਅਸੀਂ ਨਹੀਂ ਕਰਨਾ। ਅਸੀਂ ਉਹ ਗਊਆਂ ਨੂੰ ਵੀ ਸੇਵਾ ਕਰਿਆ ਕਰਾਂਗੇ ਜਿਹੜਿਆਂ ਦੀਆਂ ਕੋਈ ਬਾਂਦਰ ਆ ਜਾਂ ਕੁਛ ਵੀ ਆ ਜਾਨਵਰ, ਅਸੀਂ ਉਹਦੀ ਸੇਵਾ ਕਰਿਆ ਕਰਨੀ ਆ। ਸਮਾਜ ਨੂੰ ਕੀ ਮੈਸੇਜ ਦੇਣਾ? ਮੈਸੇਜ ਦੇਖੋ, ਇਹਨਾਂ ਨੂੰ ਪਿਆਰ ਕਰੋ, ਨਾ ਕਿ ਕੋਈ ਇਹਨਾਂ ਨੂੰ ਦੁਤਕਾਰੋ, ਨਾ ਉਹਦੇ ਸੋਟੀ ਮਾਰੋ। ਜਿਹੜੇ ਉਸ ਟਾਈਮ ਹਾਈਪਰ ਕਦੋਂ ਹੁੰਦੇ ਨੇ ਇਹ ਬੱਚੇ ਕੁੱਤੇ, ਆਪਾਂ ਕਹਿ ਦਿੰਦੇ ਸਾਡੇ ਲਈ ਤਾਂ ਬੱਚੇ ਨੇ, ਹਾਈਪਰ ਉਸ ਟਾਈਮ ਹੁੰਦੇ ਜਦੋਂ ਅਸੀਂ ਉਹਨਾਂ ਨੂੰ ਕੁੱਟਦੇ ਹਾਂ, ਮਾਰਦੇ ਹਾਂ, ਉਹ ਕਿ ਉਹ ਭੱਜਦੇ ਨੇ, ਦੌੜਦੇ ਨੇ ਡਰਦੇ ਮਾਰੇ, ਫਿਰ ਐਕਸੀਡੈਂਟ ਹੁੰਦੇ ਨੇ। ਪਿਆਰ ਨਾਲ ਸਮਝਾਓ। ਸਾਡੇ ਕੋਲ ਜਿਹੜੇ ਜਿੰਨਾ ਵੀ ਮੈਂ ਆਪਣੇ ਆਪ ਨਫ਼ਰਤ ਕਰਦਾ ਹੁੰਦਾ ਸੀ ਵੀ ਹਾਂ ਬਹੁਤ ਇਹ ਕੁੱਤੇ ਨੇ ਜੀ ਇਹਨਾਂ 'ਤੇ ਆ, ਪਿਆਰ ਉਹਨਾਂ ਨਾਲ ਪੈ ਗਿਆ। ਹੁਣ ਸਾਰੇ ਜਦ ਵੀ ਮੈਂ ਬਾਜ਼ਾਰ 'ਚ ਜਾਂਦਾ ਮੇਰੇ ਨਾਲ ਪਿਆਰ ਕਰਦੇ ਨੇ ਉਹ ਸਾਰੇ। ਇੱਥੇ ਜੀ NGO ਸਰਵੇ ਅਤੇ ਸੇਵਾ ਸੁਸਾਇਟੀ ਦੇ ਨਾਂ ਨਾਲ ਕੰਮ ਕਰਨਾ ਸ਼ੁਰੂ ਕੀਤੀ ਹੈ। ਇਹ ਪਿਛਲੇ 1.5 ਸਾਲ ਤੋਂ ਜਿੱਦਾਂ ਕਿਸੇ ਕੁੱਤਿਆਂ ਦੀ ਮਾਂ ਮਰ ਗਈ ਉਹਦੇ ਬੱਚਿਆਂ ਨੂੰ ਸੰਭਾਲਦੇ ਨੇ, ਜਾਂ ਕੋਈ ਕਿਸੇ ਦਾ ਐਕਸੀਡੈਂਟ ਹੋ ਗਿਆ ਉਹਦਾ ਆਪਰੇਸ਼ਨ ਵੀ ਕਰਾਉਂਦੇ ਰਹੇ ਨੇ, ਇਹ ਬਹੁਤ ਜ਼ੋਰ ਸ਼ੋਰ ਨਾਲ ਕੰਮ ਕਰਨ ਲੱਗੇ। ਪਰ ਹੁਣ ਇਹਨਾਂ ਨੂੰ ਅਸੀਂ ਕਿਹਾ ਵੀ ਤੁਸੀਂ ਇਸ ਪ੍ਰੋਗਰਾਮ ਦੇ ਨਾਲ ਨਾਲ ਆਪਾਂ ਇਹ ਜਿਹੜੀ ਸੇਵਾ ਸੁਸਾਇਟੀ ਹੈ ਇਹੋ ਜਿਹਾ ਕੰਮ ਕਰੀਏ ਜਿਹਦੇ ਨਾਲ ਸਾਡੀ ਜਿਹੜੀ ਪ੍ਰੋਬਲਮ ਹੈ ਉਹਦਾ ਵੀ ਹੱਲ ਹੋਵੇ ਅਤੇ ਲੋਕਾਂ ਨੂੰ ਇਹਦਾ ਬੈਨੀਫਿਟ ਵੀ ਹੋਵੇ। ਕਿਸ ਤਰ੍ਹਾਂ ਦੀ ਪ੍ਰੋਬਲਮ ਆ ਅਤੇ ਕਿਸ ਤਰ੍ਹਾਂ ਦੇ ਬੈਨੀਫਿਟ ਕਹਿੰਦੇ? ਦੇਖੋ ਤੁਸੀਂ ਜੇ ਸਾਰੇ ਆਪਾਂ ਇਕੱਲੇ ਸਮਰਾਲੇ ਦੀ ਗੱਲ ਕਰੀਏ ਤਾਂ ਹਰ ਵਾਰਡ ਦੇ ਵਿੱਚ 25 ਤੋਂ 30 ਤੁਹਾਨੂੰ ਅਵਾਰਾ ਕੁੱਤੇ ਕੁੱਤੀਆਂ ਮਿਲਣਗੀਆਂ, ਅਤੇ ਜੇ ਸਮਰਾਲੇ ਦੇ ਵਿੱਚ 15 ਦੇ ਕਰੀਬ ਵਾਰਡ ਹੈਗੇ, ਜੇ ਇਕੱਲੇ ਦੇਖੇ ਤਾਂ ਬਹੁਤ ਸਾਰੀ ਗਿਣਤੀ ਇਹਦੇ ਕੁੱਤਿਆਂ ਦੀ, ਅਵਾਰਾ ਕੁੱਤਿਆਂ ਦੀ ਹੋਊਗੀ। ਜਿਹੜੇ ਰੋਜ਼ ਸੜਕਾਂ 'ਤੇ ਘੁੰਮਦੇ ਨੇ ਐਕਸੀਡੈਂਟ ਦਾ ਕਾਰਨ ਬਣਦੇ ਆ, ਉਹ ਵੀ ਫੱਟੜ ਹੁੰਦੇ ਆ, ਫਿਰ ਉਹਨਾਂ ਦਾ ਇਲਾਜ ਕਰਾਉਣਾ ਪੈਂਦਾ। ਇਹ ਜਿਹੜੀ ਪ੍ਰੋਬਲਮ ਹੈ, ਅਸੀਂ ਚਾਹੁੰਦੇ ਕਿ ਇਹ ਜਿਹੜੀ ਅਵਾਰਾ ਕੁੱਤਿਆਂ ਦਾ ਮਸਲਾ ਹੈ ਇਹਦਾ ਇੱਕ ਐਸਾ ਹੱਲ ਹੋਵੇ ਕਿ ਇਹ ਇੱਕ ਸੀਮਤ ਮਾਤਰਾ 'ਚ ਰਹਿਣ, ਇਹ ਵੀ ਨਹੀਂ ਕਿ ਖਤਮ ਹੋ ਜਾਣ, ਕਿ ਸੀਮਤ ਮਾਤਰਾ 'ਚ ਇਹਨਾਂ ਦੀ ਗਿਣਤੀ ਰਹੇ, ਜਿਹੜਾ ਸੁਸਾਇਟੀ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਹੋਵੇ, ਨਾ ਕੁੱਤਿਆਂ 'ਤੇ ਕਿਸੇ ਤਰ੍ਹਾਂ ਦਾ ਕੋਈ ਤਸ਼ੱਦਦ ਹੋਵੇ। ਇਹ ਕਿਸ ਤਰ੍ਹਾਂ ਪੋਸੀਬਲ ਹੈ ਜਿਹੜੇ ਸੀਮਤ ਮਾਤਰਾ ਹੋਵੇ? ਇਹਦੀ ਸੀਮਤ ਮਾਤਰਾ ਲਈ ਜੀ ਇੱਕ ਵਧੀਆ ਪ੍ਰੋਗਰਾਮ ਇਹੀ ਹੈ ਕਿ ਐਨੀਮਲ ਬਰਥ ਕੰਟਰੋਲ, ਕਿ ਅਸੀਂ ਜਿਹੜੀਆਂ ਕੁੱਤੀਆਂ ਫਰੀਕੁਐਂਟ ਸੂ ਰਹੀਆਂ, ਹਰ ਵਾਰ ਸਾਲ 'ਚ 2 ਵਾਰ ਸੂਪੀ, 8-8, 9-9 ਬੱਚੇ ਦੇ ਤੇ ਉਸ ਤੋਂ ਬਾਅਦ ਬੱਚੇ ਸੜਕਾਂ 'ਤੇ ਰੋਂਦੇ ਆ, ਜੇ ਅਸੀਂ ਉਹਨੂੰ ਕੰਟਰੋਲ ਨਹੀਂ ਕਰਾਂਗੇ ਕਿੰਨਿਆਂ ਨੂੰ ਸੰਭਾਲਾਂਗੇ? ਇਹਦੇ ਲਈ ਇੱਕ ABC ਪ੍ਰੋਗਰਾਮ ਹੈ, ਐਨੀਮਲ ਬਰਥ ਕੰਟਰੋਲ ਪ੍ਰੋਗਰਾਮ, ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਿਹਦੇ ਤਹਿਤ ਅਸੀਂ ਕੁੱਤੀਆਂ ਦੀ ਸਪੇਇੰਗ ਅਤੇ ਕੁੱਤਿਆਂ ਨੂੰ ਨਿਊਟਰ ਕਰਨ ਦੇ ਨਾਲ ਇਹਨਾਂ ਦੀ ਜਿਹੜੀ ਮਾਤਰਾ ਹੈ ਉਹ ਸੀਮਤ ਹੋ ਜੂਗੀ, ਕਿਉਂਕਿ ਕੁੱਤੀਆਂ ਜਿਹੜੀਆਂ ਨੇ ਜਿਨ੍ਹਾਂ ਦਾ ਆਪਰੇਸ਼ਨ ਹੋ ਜੂਗਾ ਉਹ ਜਿੱਥੇ ਆਪਣੇ ਮੁਹੱਲੇ 'ਚ ਇਹਨਾਂ ਦਾ ਗੁਜ਼ਰ ਕਰ ਰਹੀਆਂ ਉੱਥੇ ਹੀ ਰਹਿਣਗੀਆਂ, ਪਰ ਉਹਨਾਂ ਤੋਂ ਅੱਗੇ ਜਿਹੜਾ ਵਧਣ ਦਾ ਪ੍ਰੋਗਰਾਮ ਹੈ ਉਹ ਸੀਮਤ ਹੋ ਜੂਗਾ। ਜਿਸ ਤਰ੍ਹਾਂ ਕਿ ਤੁਸੀਂ NGO ਨਾਲ ਕੰਮ ਕਰ ਰਹੇ ਹੋ, ਤੁਸੀਂ ਮੈਂਬਰ ਵੀ ਉਹਨਾਂ ਦੇ, ਕੁੱਤੇ ਰੱਖੇ ਹੋਏ ਨੇ ਜਗ੍ਹਾ ਜਗ੍ਹਾ, ਕਿੰਨੇ ਕੁੱਤੇ ਨੇ ਜਿਹੜੇ ਤੁਸੀਂ? ਇਸ ਟਾਈਮ ਦੀ 60 ਤੋਂ 65 ਦੇ ਕਰੀਬ ਜਿਹੜੇ ਇਹਨਾਂ ਕੋਲ ਕੁੱਤੇ ਸੰਭਾਲ ਕਰ ਰਹੇ ਨੇ। ਪਰ ਦੇਖਿਆ ਵੀ ਇਹਨਾਂ ਛੋਟੇ ਬੱਚੇ ਵੀ ਨੇ ਜਿਹੜੇ 4-5 ਦਿਨ ਦੇ ਬੱਚੇ ਨੇ। ਦੇਖੋ ਉਹੀ ਗੱਲ ਹੈ, ਜਦੋਂ ਹੁਣ ਜਿਹੜੇ ਸਮਰਾਲੇ ਸ਼ਹਿਰ ਦੇ ਵਾਸੀ ਹੈ ਉਹ ਸਹਿਯੋਗ ਵੀ ਕਰ ਰਹੇ ਨੇ, ਕਲੱਬ ਜਿਹੜਾ ਹਮੇਸ਼ਾ ਲੋਕਾਂ ਦੇ ਸਹਿਯੋਗ ਨਾਲ ਚੱਲਦਾ, ਲੋਕਾਂ 'ਚ ਮੈਂ ਦੇਖਿਆ ਕਿ ਦਿਨੋਂ ਦਿਨ ਜਿਹੜਾ ਉਤਸ਼ਾਹ ਹੈ ਉਹ ਵੱਧਦਾ ਜਾ ਰਿਹਾ, ਇਸ ਲਈ ਅਸੀਂ ਵੀ ਇਹਨੂੰ ਅੱਗੇ ਵਧਾਉਣ ਦੀ ਗੱਲ ਕਰ ਰਹੇ ਹਾਂ। ਜਿੱਦਾਂ ਕੁੱਤੀ ਪਿੱਛੇ ਸੀਗਾ ਹੋਟਲ ਦੇ ਕੋਲ, ਇੱਥੇ ਖੰਨਾ ਰੋਡ ਦੇ ਉੱਤੇ ਕੁੱਤੀ ਦੀ ਡੈਥ ਹੋ ਗਈ, ਉਹਦੇ ਮਗਰ ਕੁੱਤੇ ਸੀ ਉਹ ਸਾਰੇ ਇੱਥੇ ਲਿਆਉਂਦੇ ਨੇ, ਉਹਨਾਂ ਨੂੰ ਸੰਭਾਲ ਕਰ ਰਹੇ ਨੇ। ਇੱਦਾਂ ਜਿਹੜੇ ਛੋਟੇ ਛੋਟੇ ਬੱਚੇ ਨੇ ਕਿਸੇ ਦੀ ਮਾਂ ਮਰ ਗਈ ਉਹਨੂੰ ਦੂਜੀ ਕੁੱਤੀ ਥੱਲੇ ਲਾ ਦਿੰਦੇ ਆ ਤਾਂ ਕਿ ਉਹ ਬਚ ਜਾਣ ਅਤੇ ਆਪਣਾ ਜਿਹੜਾ ਉਹ ਲਾਈਫ ਹੈ ਉਹ ਜਿੰਨੀ ਕੁ ਠੀਕ ਰਹਿ ਸਕੇ। ਇਹ ਬੱਚਿਆਂ ਦੀ ਵੈਕਸੀਨੇਸ਼ਨ ਵੀ ਕਰਵਾ ਰਹੇ ਹਾਂ ਆਪਾਂ? ਇਹ ਬੱਚਿਆਂ ਦੀ ਜਿਹੜੇ ਜੀ ਇਹਨਾਂ ਦਾ ਇਲਾਜ ਕਰਾਉਂਦੇ ਆ ਅਤੇ ਇਹਨਾਂ ਦੀ ਵੈਕਸੀਨੇਸ਼ਨ ਹਲਕਾ ਦੀ, ਜੇ ਮੈਂ ਕਹਾਂ ਸਾਰੀਆਂ ਵੈਕਸੀਨੇਸ਼ਨ ਵੀ ਜਿਹਨੇ ਬਹੁਤ ਸਾਰੇ ਜਿਹੜੇ ਘਰਾਂ 'ਚ ਡੋਗ ਰੱਖਦੇ ਆ ਉਹਨਾਂ 'ਚ ਬਹੁਤ ਸਾਰੀ ਵੈਕਸੀਨੇਸ਼ਨ ਪ੍ਰੋਗਰਾਮ ਹੁੰਦਾ ਹੈ, ਇਹਨਾਂ 'ਚ ਇਕੱਲਾ ਹਲਕਾ ਦੀ ਵੈਕਸੀਨ 'ਤੇ ਜ਼ੋਰ ਦੇਵਾਂਗੇ ਤਾਂ ਕਿ ਸੁਸਾਇਟੀ ਨੂੰ ਵੱਢ ਕੇ ਉਹ ਜਿਹੜੀ ਬਿਮਾਰੀ ਆ ਉਹ ਨਾ ਫੈਲ ਸਕੇ। ਇਹਦੀ ਬਾਕੀ ਜਿਹੜੇ ਤੁਸੀਂ ਦੱਸੇ ਐਕਸੀਡੈਂਟ ਹੁੰਦੇ ਆ ਉਹਨਾਂ ਦੇ ਆਪਰੇਸ਼ਨ ਵਗੈਰਾ ਵੀ ਕਰਾਉਣਾ, ਖਰਚਾ ਤਾਂ ਕਾਫੀ ਆਉਂਦਾ, ਫਿਰ ਕਿਵੇਂ ਮੈਨੇਜ ਕਰਦੇ? ਮੈਨੇਜ ਜੀ ਮੈਂਬਰ ਜੀ ਇਹੀ ਨੇ ਵਿਚਾਰੇ ਆਪਣੀ ਜੇਬਾਂ 'ਚੋਂ ਪੈਸੇ ਖਰਚ ਕਰਦੇ, ਜਿਹੜੀ ਸੇਵਾ ਹੈ ਉਹ ਆਪਣੀ ਸਮਰੱਥਾ ਅਨੁਸਾਰ ਕਰਦੇ ਆ। ਹੁਣ ਜਿਵੇਂ ਹੁਣ 65 ਹੋ ਗਏ ਤੇ ਮੈਨੂੰ ਤਾਂ ਡਰ ਆ ਕਿ ਤੇ ਕਾਹਨੂੰ ਹਜ਼ਾਰਾਂ 'ਚ ਪਹੁੰਚ ਜਾਣਗੇ, ਫਿਰ ਅਸੀਂ ਇਹ ਕਲੱਬ ਚੱਲੂ ਕਿਵੇਂ?
ਇਸ ਲਈ ਅਸੀਂ ਚਾਹੁੰਦੇ ਕਿ ਇਹੋ ਜਿਹਾ ਇਹਦਾ ਹੱਲ ਹੋਵੇ, ਜਿਹੜੀ ਇਹ ਸੰਸਥਾ ਚੱਲਦੀ ਰਹੇ ਅਤੇ ਨਾਲ ਦੀ ਨਾਲ ਜਿਹੜਾ ਲੋਕਾਂ ਦੀ ਸੇਵਾ ਭਾਵ 'ਚ ਕੰਮ ਕਰਦੇ ਰਹਿਣ। ਕਿਸ ਤਰ੍ਹਾਂ ਦਾ ਹੱਲ ਚਾਹੁੰਦੇ? ਅਸੀਂ ਚਾਹੁੰਦੇ ਜਿਵੇਂ ਸਾਨੂੰ ਜਿਹੜੀ ਜਗ੍ਹਾ ਹੈ, ਜਿਵੇਂ ਕੋਈ ABC ਪ੍ਰੋਗਰਾਮ ਹੈ, ਜਿਹੜੀ ਮਿਊਂਸਪੈਲਿਟੀਜ਼ ਹੈ, ਜਿਵੇਂ ਲੁਧਿਆਣੇ ਕਾਰਪੋਰੇਸ਼ਨ ਕਮਿਸ਼ਨ ਕਰਵਾਉਂਦੀ ਹੈ, ਇੱਦਾਂ ਮਿਊਂਸਪੈਲਿਟੀ ਸਾਡੇ ਨਾਲ ਅਸੀਂ ਮੋਢਾ ਨਾਲ ਲਾ ਕੇ ਮੋਢਾ ਚੱਲੀਏ, ਅਸੀਂ ਉਹਨਾਂ ਦੇ ਕੁੱਤਿਆਂ ਦਾ ਰੱਖ ਰਖਾਵ ਸੰਭਾਲ ਅਸੀਂ ਕਰਾਂਗੇ ਅਤੇ ਆਪਰੇਸ਼ਨ ਕਰਾ ਕੇ ਜਿਸ ਮੁਹੱਲੇ 'ਚੋਂ ਲੈ ਕੇ ਆਵਾਂਗੇ ਉਸੇ ਮੁਹੱਲੇ 'ਚ ਆਪਰੇਸ਼ਨ ਕਰਕੇ ਛੱਡ ਦਾਂਗੇ। ਇਹ ਆਉਂਦੇ 3-4 ਸਾਲਾਂ 'ਚ ਜਿਹੜੀ ਇਹਨਾਂ ਦੀ ਗਿਣਤੀ ਹੈ ਕਾਫੀ ਹੱਦ ਤੱਕ ਕੰਟਰੋਲ ਹੋ ਜੇ। ਕੀ ਕਹਿਣਾ ਚਾਹੁੰਦੇ ਜਿਹੜੇ ਲੋਕ ਸੇਵਾ ਕਰਨਾ ਚਾਹੁੰਦੇ, ਤੁਹਾਨੂੰ ਕਿਸ ਤਰ੍ਹਾਂ ਜਿਹੜਾ? ਦੇਖੋ ਮੈਂ ਲੋਕਾਂ ਨੂੰ ਵੀ ਕਹੂੰਗਾ, ਦੇਖੋ ਅਸੀਂ ਸਾਰੇ ਮੁਹੱਲੇ 'ਚ ਇਕੱਲਾ ਇਕੱਲਾ ਆ ਕੇ ਇੱਕ ਦੋ ਕਰਕੇ ਕੁੱਤੇ ਸੰਭਾਲਦੇ ਹਾਂ। ਜਿਹੜਾ ਆਪਣੇ ਮੁਹੱਲੇ 'ਚ ਕੁੱਤਾ ਰੱਖਦਾ ਉਹਦੇ ਨਾਲ ਗੁਆਂਢੀ ਲੜੀ ਜਾਂਦੇ ਨੇ, ਉਹ ਕਹੀ ਜਾਂਦੇ ਤੁਹਾਡਾ ਕੁੱਤਾ ਸਾਡੇ ਦਰਾਂ ਮੂਹਰੇ ਆ ਕੇ ਕੁਛ ਗੰਦ ਪਾ ਗਿਆ। ਜੇ ਅਸੀਂ ਸਾਰੇ ਰਲ ਕੇ ਸੰਸਥਾ ਦੇ ਰੂਪ 'ਚ ਕੰਮ ਕਰਾਂਗੇ ਤਾਂ ਮੁਹੱਲਿਆਂ ਦੀਆਂ ਲੜਾਈਆਂ, ਕੁੱਤਿਆਂ ਦੀ ਦੇਖਭਾਲ ਜ਼ਿਆਦਾ ਵਧੀਆ ਤਰੀਕੇ ਨਾਲ ਹੋ ਸਕਦੀ ਹੈ ਅਤੇ ਇੱਕ ਵਧੀਆ ਸਮਰਾਲਾ ਇੱਕ ਐਜ਼ ਏ ਮਾਡਲ ਇਹ ਕੰਟਰੋਲ ਕਰਨ ਪ੍ਰੋਗਰਾਮ ਦੇ ਵਿੱਚ ਅਸੀਂ ਅੱਗੇ ਪੇਸ਼ ਹੋ ਕੇ ਆ ਸਕਦੇ ਹਾਂ। ਵਿਦੇਸ਼ੀ ਨਸਲਾਂ ਦੇ ਕੁੱਤੇ ਲੋਕ ਘਰਾਂ 'ਚ ਰੱਖਦੇ, ਸਪੀਡ ਲੋਕ ਜਿਹੜੇ ਆ ਉਹਨਾਂ ਨਾਲ ਈਰਖਾ ਕਰਦੇ ਨੇ। ਨਹੀਂ ਮੈਂ ਤਾਂ ਉਹਨਾਂ ਨਾਲ ਵੱਧ ਵਫ਼ਾਦਾਰ ਹੁੰਦੇ ਕਿਸ ਤਰ੍ਹਾਂ? ਨਹੀਂ ਮੈਂ ਤਾਂ ਜੀ ਗੱਲ ਕਹੂੰਗਾ ਕਿ ਲੋਕਾਂ ਨੂੰ ਕੁੱਤਿਆਂ ਨੂੰ ਅਡੋਪਟ ਕਰ ਲੈਣਾ ਚਾਹੀਦਾ ਹੈ। ਇੱਕ ਤੁਸੀਂ ਕਿਉਂ ਤਾਂ ਸਵੇਰੇ ਕੁੱਤੇ ਦੀ ਰੋਟੀ ਗਊ ਦੀ ਰੋਟੀ ਕੱਢਦੇ, ਕਿਉਂ ਨਾ ਅਸੀਂ ਜਿਹੜਾ ਕੁੱਤੇ ਸਾਡੇ ਕੋਲ ਵੀ ਸੰਸਥਾ 'ਚ ਹੈਗੀ ਇਹਨਾਂ ਨੂੰ ਲੈ ਜਾਣ ਆਪਣੇ ਘਰ ਰੱਖਣ, ਉਹਨਾਂ ਨੂੰ ਰੋਟੀ ਪਾਉਣ ਦਾ ਰੱਖ ਰਖਾਵ ਕਰਨ ਅਤੇ ਇਹਦੀ ਨਸਲਬੰਦੀ ਵੀ ਕਰਾ ਲੈਣ ਤਾਂ ਕਿ ਅੱਗੇ ਵਧੇ ਨਾ। ਇਹ ਬਹੁਤ ਜ਼ਿਆਦਾ ਵੱਡਾ ਪੁੰਨ ਲੱਗੂਗਾ। ਵਿਦੇਸ਼ੀ ਨਸਲ ਦਾ ਸਰ ਨਸਲ ਤਾਂ ਇੱਕ ਕਿਸੇ ਦਾ ਇੱਕ ਕਰੈਕਟਰ ਦੀ ਗੱਲ ਹੈ, ਦੇਸੀ ਇਹ ਵੀ ਤਾਂ ਡੋਗ ਹੀ ਹੈ ਨਾ, ਇਹ ਜ਼ਿਆਦਾ ਬੈਟਰ ਰੈਜਿਸਟੈਂਟ ਹੁੰਦੇ ਨੇ ਔਰ ਜ਼ਿਆਦਾ ਵਫ਼ਾਦਾਰ ਰਹਿਣਗੇ ਅਤੇ ਇਸ ਕਰਕੇ ਇੱਕ ਮੈਂ ਜ਼ਰੂਰ ਹੋਰ ਬੇਨਤੀ ਕਰ ਰਿਹਾ ਕਿ ਜੇ ਸਾਨੂੰ ਕੋਈ ਜਗ੍ਹਾ ਜਿਵੇਂ ਅਸੀਂ 5-7 ਜਗ੍ਹਾ 'ਤੇ ਕੁੱਤੇ ਰੱਖੇ ਨੇ ਇਹਨਾਂ ਨੂੰ ਮੈਨੇਜ ਕਰਨ ਲਈ ਬਹੁਤ ਵੱਡੀ ਪ੍ਰੋਬਲਮ ਆ ਰਹੀ ਹੈ ਕਿ ਜੇ ਸਾਨੂੰ ਕੋਈ ਜਗ੍ਹਾ ਗੌਰਮੈਂਟ ਮੁਹੱਈਆ ਕਰਵਾਵੇ ਜਿੱਥੇ ਅਸੀਂ ਇਹਨੂੰ ਰੱਖ ਰਖਾਵ ਕਰੀਏ, ਜਗ੍ਹਾ ਸਰਕਾਰ ਦੀ ਰਹਿਣੀ ਹੈ, ਅਸੀਂ ਤਾਂ ਉੱਤੇ ਰੱਖ ਕੇ ਇਹਨਾਂ ਦੇ ਕੁੱਤਿਆਂ ਦੇ ਜਿਹੜਾ ਸਾਈਜ਼ ਉਹਨਾਂ ਦਾ ਵੱਧ ਤੋਂ ਵੱਧ ਵਧੀਆ ਤਰੀਕੇ ਨਾਲ ਅਸੀਂ ਰੱਖ ਸਕੀਏ, ਆਪਰੇਸ਼ਨ ਕਰਾ ਸਕੀਏ ਤਾਂ ਕਿ ਮਸਲਾ ਜਿਹੜਾ ਸਾਡਾ ਹੱਲ ਹੋ ਜਾਵੇ। ਕੋਈ ਹੋਰ ਵੀ ਰੋਡ ਦੇ ਉੱਪਰ ਐਕਸੀਡੈਂਟ ਹੋਇਆ ਕੁੱਤਾ ਦੀ ਜਿਹੜਾ ਤਾਂ ਤੁਹਾਨੂੰ ਦੇਸਾ ਪਾ ਰਿਹਾ ਕਿ ਨਹੀਂ? ਹਜੇ ਤਾਂ ਤੁਹਾਨੂੰ ਦਿੰਦੇ ਰਹੇ ਲੋਕ ਜੀ, ਅਸੀਂ ਲੈ ਕੇ ਆਉਂਦੇ ਹਾਂ ਕਿਉਂਕਿ ਜਿੰਨੇ ਦਿਨ ਲੋਕ ਜੇ ਕਿਸੇ ਦਾ ਐਕਸੀਡੈਂਟ ਹੁੰਦਾ ਹੈ ਇਹ ਸਾਡੇ ਮੈਂਬਰ ਸਾਰੇ ਉਹਨੂੰ ਨਾਲ ਦੀ ਨਾਲ ਲੈ ਕੇ ਆਉਂਦੇ ਨੇ। ਜਿਹੜਾ ਆਪਰੇਸ਼ਨ ਹੈ ਜੇ ਕੋਈ ਜ਼ਿਆਦਾ ਵੱਡਾ ਉਹਨੂੰ ਯੂਨੀਵਰਸਿਟੀ 'ਚ ਲੈ ਕੇ ਗਏ ਨੇ, ਬਚਣਾ ਨਾ ਬਚਣਾ ਉਹ ਬਾਅਦ ਦੀ ਗੱਲ ਹੈ, ਪਰ ਉਹਦੇ ਲਈ ਪੂਰੀਆਂ ਐਫਰਟਸ ਕਰਦੇ ਹਾਂ, ਆਪਣੀਆਂ ਜੇਬਾਂ 'ਚੋਂ ਸਾਰੇ ਮੈਂਬਰਸ ਪੈਸੇ ਖਰਚਦੇ ਹਾਂ, ਇੱਥੇ ਤੱਕ ਇਹਦੇ ਨਾਲ ਸਾਡੇ ਨਾਲ ਲੇਡੀਜ਼ ਦੇ ਬਹੁਤ ਨੇ ਜਿਹੜੀਆਂ ਨਾਲ ਜੁੜੀਆਂ ਜਿਹੜੀਆਂ ਇਸ ਸੰਸਥਾ ਦੇ ਵਿੱਚ ਕੰਮ ਕਰ ਰਹੀਆਂ।